ਜੀ ਅੱਜ ਜਿਹੜੀ ਦੇਵੀਗੜ੍ਹ ਦੀ ਬਹੁਤ ਲੰਬੇ ਸਮੇਂ ਦੀ ਮੰਗ ਸੀਗੀ, ਬੱਸ ਸਟੈਂਡ ਸੀਗਾ ਨਹੀਂ ਜਿਹੜਾ ਪਹਿਲਾਂ ਸੀਗਾ, ਉਹ ਵੀ ਢਹਿ ਢੇਰੀ ਹੋਇਆ ਪਿਆ ਸੀਗਾ, ਅਤੇ ਹਲਕੇ ਦੀ ਮੰਗ ਸੀ ਕਿ ਬੱਸ ਸਟੈਂਡ ਬਣਨਾ ਚਾਹੀਦਾ। ਸੋ MLA ਸਾਹਿਬ ਦੇ ਮਿਹਨਤ ਸਦਕਾ ਅਤੇ ਮਾਨ ਸਰਕਾਰ ਦੀ ਦੇਣ ਸਦਕਾ ਇੱਥੇ ਅੱਜ ਬੱਸ ਸਟੈਂਡ ਦਾ ਉਦਘਾਟਨ ਹੋਇਆ, ਅਤੇ ਹੌਲੀ ਹੌਲੀ ਕੰਮ ਸ਼ੁਰੂ ਹੋ ਜੂਗਾ ਅਤੇ ਜਿਹੜੀ ਸਹੂਲਤ ਹੈ ਉਹ ਲੋਕਾਂ ਨੂੰ ਪ੍ਰੋਵਾਈਡ ਕਰਾਈ ਜਾਊਗੀ। ਕਿੰਨੀ ਕੁ ਬਜਟ ਜਿਹੜਾ ਤਿਆਰ ਕੀਤਾ ਜਾ ਰਿਹਾ ਸਰਕਾਰ ਨੇ? 90 ਲੱਖ ਦੇ ਨੇੜੇ ਤੇੜੇ ਜੀ ਇਹਦਾ ਬਜਟ ਹੈ, ਅਤੇ ਉਹਦੇ 'ਚ ਤਿਆਰ ਕੀਤਾ ਜਾਊਗਾ, ਜਲਦੀ ਇਹ ਤਿਆਰ ਵੀ ਹੋਜੂਗਾ ਜੀ। ਹੜ੍ਹਾਂ ਨਾਲ ਨੁਕਸਾਨ ਬਹੁਤ ਹੋਇਆ, ਦੇਖੋ ਜਿਹੜਾ ਹੜ੍ਹਾਂ ਨਾਲ ਨੁਕਸਾਨ ਹੋਇਆ ਉਹਦੇ ਬਾਰੇ ਸਰਕਾਰ ਪੂਰੀ ਗੌਰ ਕਰ ਰਹੀ ਹੈ, ਅਤੇ ਜਿਹੜੇ ਵੀ ਹੜ੍ਹ ਪ੍ਰਭਾਵਿਤ ਏਰੀਏ ਨੇ ਸਰਕਾਰ ਨੇ ਗੁਰਦੌਰੀਆਂ ਕਰਨ ਦਾ ਫੈਸਲਾ ਲਿਆ ਹੈ, ਜਿਹੜਾ ਵੀ ਨੁਕਸਾਨ ਹੋਇਆ ਫਸਲਾਂ ਦਾ ਹੋਇਆ, ਮਜ਼ਦੂਰਾਂ ਦੀ ਮਜ਼ਦੂਰੀ ਗਈ ਹੈ, ਉਹ ਪੂਰਾ ਕੰਪਨਸੇਟ ਕੀਤਾ ਜਾਊਗਾ ਜੀ। ਜਿਹੜੇ ਵੀ ਹਾਲ ਤੱਕ ਹੋਇਆ ਅਸੀਂ ਨਾਲ ਹਾਂ ਜੀ, ਸਰਕਾਰ ਹਮੇਸ਼ਾ ਨਾਲ ਹੈ।